ਪੰਜਾਬ ਸਰਕਾਰ ਦੇ ਇਸ ਸਮਾਰਟ ਸਕੂਲ ਵਿੱਚ ਬੱਚਿਆਂ ਦੀ ਥਾਂ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਹੇ ਹੈ। ਇਹ ਤਸਵੀਰਾਂ ਪਟਿਆਲਾ ਜ਼ਿਲ੍ਹੇ ਵਿੱਚ ਸਮਾਣਾ ਦੇ ਨਾਲ ਲੱਗਦੇ ਪਿੰਡ ਮਵੀ ਕਲਾਂ ਦੇ ਸਰਕਾਰੀ ਸਮਾਰਟ ਸਕੂਲ ਦੀਆਂ ਨੇ। ਸਕੂਲ ਦਾ ਹਾਲ ਖੁਦ ਤਸਵੀਰਾਂ ਬਿਆਨ ਕਰ ਰਹੀਆਂ ਨੇ, ਜੋ ਸਰਕਾਰੀ ਦਾਅਵਿਆਂ ਦੀ ਪੋਲ ਵੀ ਖੋਲ੍ਹ ਰਹੀਆਂ ਨੇ। ਪਾਣੀ ਕਾਰਨ ਹਾਲਾਤ ਇਹ ਨੇ ਕਿ ਬੱਚਿਆਂ ਨੂੰ ਹਾਈ ਸਕੂਲ ਵਿੱਚ ਸ਼ਿਫਟ ਕਰਨਾ ਪਿਆ। ਸਰ, ਇਹ ਕੰਧ ਐਕਚੁਲੀ ਮੀਂਹ ਕਰਕੇ ਡਿੱਗੀ ਹੈ ਅਤੇ ਉਦੋਂ ਬਾਅਦ ਟੋਬੇ ਦਾ ਪਾਣੀ ਅੰਦਰ ਆ ਗਿਆ। ਅਸੀਂ 16 ਤਰੀਕ ਤੋਂ ਸ਼ਿਫਟ ਕਰ ਗਏ ਹਾਈ ਸਕੂਲ 'ਚ, ਵੀ ਬਾਰਿਸ਼ ਤੋਂ ਪਹਿਲਾਂ ਹੀ ਕਰ ਗਏ ਜੀ। ਅੱਜ ਵੀ ਅਸੀਂ ਹੌਲੀ ਹੌਲੀ ਸਮਾਨ ਉੱਧਰ ਸ਼ਿਫਟ ਕਰ ਰਹੇ ਹਾਂ, ਸਮਾਨ ਸ਼ਿਫਟ ਕਰਨ ਲਈ ਸਮਾਨ ਚੱਕਣ ਆਏ ਹੋਏ ਹਾਂ। ਇੱਧਰ ਬੱਚੇ ਸਾਡੇ ਉੱਧਰ ਹੀ ਪੜ੍ਹ ਰਹੇ ਨੇ, ਸਾਰਾ ਕੁਝ ਉੱਧਰ ਹੀ ਚੱਲ ਰਿਹਾ। ਕਿੰਨੇ ਕੁ ਬੱਚੇ ਸਕੂਲ 'ਚ? ਬੱਚੇ 123 ਨੇ। 123 ਮਤਲਬ ਕਿ ਇੱਥੇ ਤਾਂ ਮਤਲਬ ਕਿ ਕੋਈ ਪੰਚਾਇਤ ਵੱਲੋਂ? ਸਰ, ਅਸੀਂ ਲਿਖ ਕੇ ਭੇਜਿਆ ਸੀ, ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ। ਹੁਣ ਵੀ ਦੁਬਾਰਾ ਅਸੀਂ ਦੇਖ ਕੇ ਆਏ ਹਾਂ, ਸੈਕਟਰੀ ਸਾਹਿਬ ਵੀ ਆਏ ਨੇ, ਦੇਖ ਕੇ ਗਏ ਨੇ, ਪਰ ਐਕਚੁਲੀ ਉਸ ਤੋਂ ਅਗਲੇ ਦਿਨ ਹੀ ਬਾਰਿਸ਼ ਪੈ ਗਈ। ਸਰ, ਕੱਲ੍ਹ ਦੀ ਨਾ ਬਾਰਿਸ਼ ਭਾਰੀ ਹੋਈ ਹੈ ਜੀ, ਉਹ ਸਾਰੇ ਪਿੰਡ ਦਾ ਪਾਣੀ ਛੱਪੜ ਦੇ ਨਾਲ ਲੱਗਦਾ ਸਕੂਲ ਜੀ, ਉਹ ਇੱਧਰ ਆ ਗਿਆ ਵੱਧ, ਅਤੇ ਅਸੀਂ ਹੁਣ ਪੰਪ ਰਾਹੀਂ ਲਿਫਟ ਕਰਨ ਲੱਗੇ ਜੀ, ਪਾਣੀ ਕੱਢ ਦਾਂਗੇ ਜਲਦੀ ਜੀ। ਕੋਈ ਪਾਣੀ ਕੱਢਣ ਵਾਲਾ ਪ੍ਰੋਜੈਕਟ ਲਾ ਰਹੇ ਜਲਦੀ ਹੁਣ।